ਮੈਡੀਕਲ ਦੀ ਦੁਕਾਨ ਖੁੱਲ੍ਹਦੇ ਸਾਰ ਤਿੰਨ ਲੁਟੇਰਿਆਂ ਦੀ ਐਂਟਰੀ ਹੋਈ, ਜਿਨ੍ਹਾਂ ਦੇ ਵੱਲੋਂ ਇੱਥੇ ਲੁੱਟ ਖੋਹ ਕੀਤੀ ਗਈ। ਗੱਲੇ ਦੇ ਵਿੱਚ ਪਏ ਪੈਸੇ ਲੈ ਕੇ ਫਰਾਰ ਹੋਏ ਨੇ। ਮੋਟਰਸਾਈਕਲ 'ਤੇ ਸਵਾਰ ਹੋ ਕੇ ਦਵਾਈ ਲੈਣ ਦੇ ਬਹਾਨੇ ਮੈਡੀਕਲ ਸ਼ੋਪ ਦੇ ਵਿੱਚ ਦਾਖਲ ਹੋਏ, ਫਿਰ ਕਰਿੰਦੇ ਤੋਂ ਦਵਾਈ ਮੰਗੀ। ਦਵਾਈ ਦੇਣ ਤੋਂ ਬਾਅਦ ਇਹਨਾਂ ਨੇ ਪੇਮੈਂਟ ਵੀ ਕਰ ਦਿੱਤੀ। ਫਿਰ ਜਦੋਂ ਦੂਸਰੀ ਵਾਰ ਇੱਕ ਹੋਰ ਦਵਾਈ ਮੰਗੀ, ਜੋ ਹੀ ਕਰਿੰਦਾ ਅਲਮਾਰੀ ਦੇ ਵੱਲ ਮੁੜਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਲੁਟੇਰੇ ਨੇ ਉਸਨੂੰ ਜੱਫਾ ਪਾ ਲਿਆ, ਦੂਜੇ ਨੇ ਤੇਜ਼ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਫਿਰ ਇੱਕ ਹੋਰ ਲੁਟੇਰੇ ਨੇ ਗੱਲੇ ਦੇ ਵਿੱਚ ਪਏ ਪੈਸੇ ਲੈ ਲਏ ਔਰ ਕਰਿੰਦੇ ਦੇ ਵੱਲੋਂ ਇਸ ਲੁਟੇਰੇ ਦਾ ਮੁਕਾਬਲਾ ਵੀ ਕੀਤਾ ਗਿਆ। ਖਿੱਚਤੂ ਮੌਕੇ ਨਕਾਬ ਵੀ ਲੈ ਗਿਆ ਔਰ ਤਸਵੀਰ ਆ ਜਿਹੜੀ ਕੈਮਰੇ ਦੇ ਵਿੱਚ ਇਸ ਲੁਟੇਰੇ ਦੀ ਕੈਦ ਹੋਈ ਹੈ। ਬਾਈਕ ਸਵਾਰ ਤਿੰਨ ਲੁਟੇਰਿਆਂ ਦੇ ਵੱਲੋਂ ਮੈਡੀਕਲ ਸ਼ੋਪ ਨੂੰ ਨਿਸ਼ਾਨਾ ਬਣਾਇਆ ਗਿਆ। ਤੜਕੇ ਤੜਕੇ ਹਾਲੇ ਦੁਕਾਨ ਖੁੱਲ੍ਹੀ ਹੀ ਸੀ ਤਾਂ ਬਾਈਕ 'ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਦਵਾਈ ਲੈਣ ਦੇ ਬਹਾਨੇ ਇੱਥੇ ਲੁੱਟ ਕੀਤੀ। ਹਾਲਾਂਕਿ ਦੁਕਾਨ ਦੇ ਕਰਿੰਦੇ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ, ਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਨੇ ਵਾਰ ਕੀਤੇ ਨੇ। ਤਸਵੀਰਾਂ ਫਰੀਦਕੋਟ ਦੇ ਜੈਤੋ ਤੋਂ ਸਾਹਮਣੇ ਆਈਆਂ ਨੇ, ਜਿੱਥੇ ਦੁਕਾਨ ਖੁੱਲ੍ਹਦੇ ਸਾਰ ਤਿੰਨ ਲੁਟੇਰਿਆਂ ਨੇ ਮੈਡੀਕਲ ਸ਼ੋਪ 'ਤੇ ਧਾਵਾ ਬੋਲਿਆ ਅਤੇ ਇੱਥੋਂ ਪੈਸੇ ਲੈ ਕੇ ਫਰਾਰ ਹੋ ਗਏ। ਹਾਲਾਂਕਿ ਕਰਿੰਦੇ ਦਾ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਪਰ ਰਵੀ ਨੇ ਇਹਨਾਂ ਦਾ ਮੁਕਾਬਲਾ ਕੀਤਾ। ਫਿਰ ਇਹ ਲੁਟੇਰੇ ਇੱਥੋਂ ਫਰਾਰ ਹੋਏ ਨੇ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਦੁਕਾਨ ਖੁੱਲ੍ਹੀ ਸੁਬਹਾ 6 ਵਜੇ ਬਸ ਸੀ, ਹਾਂਜੀ, ਆਪਣੀ ਦੁਕਾਨ 'ਤੇ ਸੀਗਾ ਮੁੰਡੇ ਮੋਟਰਸਾਈਕਲ 'ਤੇ, ਮੈਂ ਉਹ ਸੱਟਾਂ ਮਾਰੀ, ਸੱਟਾਂ ਮਾਰੀਆਂ, ਮੈਂ ਗੱਲੋਂ ਸਾਰੇ ਪੈਸੇ ਕੱਢ ਕੇ ਲੈ ਗਏ। ਹਾਂਜੀ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਵੀ ਦਿਨ ਦਿਹਾੜੇ ਜਿਹੜੇ ਇਹੀ ਹੈ ਹਾਲਾਤ ਪੰਜਾਬ ਦੇ ਵਿੱਚ ਹੋ ਰਹੇ ਹੈਗੇ, ਕਿਸ ਤਰ੍ਹਾਂ ਦੇਖਦੇ ਹੋ? ਹਾਲਾਤ ਕਿ ਸੇਫਟੀ ਹੈ ਨਹੀਂ ਕਿ ਵੀ ਸੁਬਹਾ ਸਾਰਾ ਦਿਨ ਜਿਹੜਾ ਟਾਈਮ ਇੱਥੇ ਬੱਸ ਸਟੈਂਡ, ਮੇਨ ਬੱਸ ਸਟੈਂਡ ਸਾਰਾ, ਪੁਲਿਸ ਵਗੈਰਾ ਕੋਈ ਕੰਪਲੇਂਟ ਦਿੱਤੀ ਨਹੀਂ? ਹਾਂਜੀ, ਐਸ ਐਚ ਓ ਸਾਹਿਬ ਨਾਲ ਦੇ ਨਾਲ ਹੀ ਹੈਗਾ ਜੀ, 5 ਮਿੰਟਾਂ ਬਾਅਦ ਹੀ ਜਾਂ ਤੱਕ ਮੁੰਡੇ ਟ੍ਰੇਸ ਕਰ ਲਵਾਂਗੇ ਜੀ। ਡਰਨ ਦੇ ਲੋੜ ਨੇ ਸਾਨੂੰ ਡੋਟ ਦਿੱਤੀ ਉਹਨਾਂ ਨੂੰ। ਭਾਈ ਸਾਹਿਬ, ਇਹ ਹਾਲਾਤ ਦਿਨੋਂ ਦਿਨ ਮਾੜੇ ਹੋ ਰਹੇ, ਜਦੋਂ ਬੰਦੇ ਦੀ ਕੋਈ ਸੇਫਟੀ ਨਹੀਂ, ਦਿਨ ਦਿਹਾੜੇ ਡਾਕੇ ਪੈ ਰਹੇ ਆ, ਦਿਨ ਦਿਹਾੜੇ ਸਿਰ 'ਚ ਕਿਰਪਾਨਾ ਮਾਰ ਰਹੇ ਆ, ਇਸ ਤੋਂ ਵੱਧ ਕੀ ਗੁੰਡਾਗਰਦੀ ਹੋ ਗਈ? ਬਿਲਕੁਲ, ਕੋਈ ਬਿਲਕੁਲ ਵੀ ਇੱਕ ਆਦਮੀ ਦੀ ਕੋਈ ਸੇਫਟੀ ਨਹੀਂ। ਬਿਲਕੁਲ, ਸਰਕਾਰ ਦਾ ਕੁਝ ਨਹੀਂ ਕਰ ਰਹੀ, ਫੋਕੇ ਦਾਵੇ ਆ ਜੀ ਸਾਰੇ, ਫੋਕੇ ਦਾਵੇ, ਓਕੇ ਦਾ ਵੀ ਓਕੇ ਦਾ ਵੀ ਕੁਛ ਨਹੀਂ ਕਰ ਰਹੀ ਸਰਕਾਰ। ਹੁਣ ਤੁਸੀਂ ਕੀ ਮੰਗ ਕਰਦੇ, ਕੀ ਹੋਣਾ ਚਾਹੀਦਾ? ਅਸੀਂ ਕਹਿੰਦੇ ਉਸ 'ਤੇ ਕਾਰਵਾਈ ਹੋਵੇ, ਐਕਸ਼ਨ ਹੋਵੇ। ਜਿਹੜਾ ਬੰਦਾ ਸ਼ਰੇਆਮ ਦੁਕਾਨ 'ਤੇ ਬੈਠੇ ਨੂੰ ਸਿਰ 'ਚ ਕਿਰਪਾਨ ਮਾਰ ਕੇ ਜਾਂਦਾ, ਗੱਲੇ 'ਚੋਂ ਸਾਰੇ ਪੈਸੇ ਕੱਢ ਕੇ ਲੈ ਜਾਂਦਾ, ਉਸ 'ਤੇ ਕਾਰਵਾਈ ਹੋਵੇ, ਐਕਸ਼ਨ ਕਿਉਂ ਨਹੀਂ ਹੁੰਦਾ? ਉਸ ਤੋਂ ਸਾਹਮਣੇ ਬੱਚੇ ਦੀ, ਬਿਲਕੁਲ ਬਿਲਕੁਲ, ਤੁਸੀਂ ਦੇਖੋ ਵੀ ਬਿਲਕੁਲ ਸਾਹਮਣੇ ਬੱਸ ਸਟੈਂਡ ਹੈ, ਦਿਨ ਦਿਹਾੜੇ ਇਹ ਜਗ੍ਹਾ, ਬਿਲਕੁਲ ਬਿਲਕੁਲ, ਪੂਰਾ ਇੱਥੇ ਰਸ਼ ਰਹਿੰਦਾ ਜੀ ਜੀ। 6 ਵਜੇ ਦਾ ਕਾਂਡ ਹੈ ਜੀ, 6 ਵਜੇ ਤੁਸੀਂ ਵੇਖ ਲਓ ਇੱਥੇ ਲੰਘਾ ਟਾਪਾ ਕਿੰਨਾ ਇੱਥੇ, ਫਿਰ ਵੀ ਮਤਲਬ ਇਹ ਹਾਲ ਹੈ।